ਸਸਰੀ ਗਾਲ ਮੈਂ ਜਸਵਿੰਦਰ ਪਾਲ ਚੰਨ ਸ਼ਣ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਭਾਰਤ ਅਤੇ ਪਾਕਿਸਤਾਨ ਦੀ ਜਿਹੜੀ ਦੁਸ਼ਮਣੀ ਹੈ ਦੁਨੀਆ ਤੋਂ ਪਰੇ ਨਹੀਂ ਨਜ਼ਰਾਂ ਤੋਂ ਪਰੇ ਨਹੀਂ ਰਹਿੰਦੀ ਕਿਉਂਕਿ ਪਾਕਿਸਤਾਨ ਕਿਸੇ ਨਾ ਕਿਸੇ ਫਰਾਕਸੇ ਰਹਿੰਦਾ ਹੈ ਕਿ ਕਿਸ ਤਰ੍ਹਾਂ ਭਾਰਤ ਵਿੱਚ ਡਿਸਟਰਬ ਕੀਤਾ ਜਾਵੇ ਤੇ ਇੱਕ ਵੱਡੀ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ ਪਾਕਿਸਤਾਨ ਤੇ ਸਰਦੋਂ ਪਾਰ ਉਹਨਾਂ ਦੇ ਹਮਲੇ ਚਾਏ ਅਸਮਾਨੀ ਹੋਣ ਜਾਂ ਫਿਰ ਮੈਦਾਨੀ ਹੁੰਦੇ ਹੀ ਰਹਿੰਦੇ ਨੇ ਉਹਦਾ ਮੇਨ ਟਾਰਗੇਟ ਰਹਿੰਦਾ ਤਾਂ ਕਿ ਪੰਜਾਬ ਦੀ نسل ਖਰਾਬ ਹੋ ਸਕੇ ਪੰਜਾਬ ਦੀ ਜਵਾਨੀ ਤੇ ਵਾਰ ਹੁੰਦਾ ਤੇ ਇਸ ਵਾਰ ਵੀ ਇੱਕ ਵੱਡਾ ਵਾਰ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵਾਰ ਜੋ ਆਕਾਸ਼ੀ ਹਮਲਾ ਹੋਇਆ ਪਾਕਿਸਤਾਨ ਵੱਲੋਂ ਇਹ ਸਾਦਗੀ ਦੇ ਰੂਪ ਚ ਹੋਇਆ ਜਿਸ ਨੂੰ ਹਮਲਾ ਤੱਕ ਕਹਿਣਾ ਫਿਲਹਾਲ ਦੁਨੀਆ ਦੀ ਜਿਹੜੀ ਗਲੋਬਲ ਨੀਤੀ ਹੈ ਉਹਦੇ ਖਿਲਾਫ ਨਹੀਂ ਜਾਇਆ ਸਕਦਾ ਉਹਨੂੰ ਹਮਲਾ ਕਹਿਣਾ ਪਰੰਤੂ ਹਮਲਾ ਅਸਿੱਧਾ ਹਮਲਾ ਜ਼ਰੂਰ ਕਿਆ ਜਾ ਸਕਦਾ ਇਸ ਵਾਰ ਹਮਲਾ ਹੋਇਆ ਤੁਹਾਨੂੰ ਦੱਸ ਦਿੰਦਾ ਫਿਰੋਜ਼ਪੁਰ ਬਾਰਡਰ ਤੇ ਡਰੋਨ ਫੇਰ ਦੇਖੇ ਗਏ ਨੇ ਡਰੋਨ ਆ ਰਹੀ ਕੀ ਹੁੰਦਾ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਹੀ ਪਰੰਤੂ ਇੱਕ ਡਰੋਨ ਨੇ ਭਾਰਤ ਅਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੀ ਨੀਂਦ ਉਡਾ ਦਿੱਤੀ ਇਸ ਵਾਰ ਨੀਂਦ ਉਡਾ ਦੇ ਮਕਸਦ ਨਾਲ ਡਰੋਨ ਨੇ ਕਈ ਰਹੱਸ ਵਿੱਚ ਛੱਡ ਦੇ ਚਾ ਬੀਐਸਐਫ ਨੇ ਉਸ ਡਰੋਨ ਨੂੰ ਗੋਲੀਆਂ ਨਾਲ ਤਬਾਹ ਕਰ ਦਿੱਤਾ ਪਰੰਤੂ ਖਬਰ ਇਹ ਹੀ ਹੈ ਕਿ ਡਰੋਨ ਆਉਂਦੇ ਰਹਿੰਦੇ ਨੇ ਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਹੋਰ ਪਾਸੋਂ ਵੀ ਡਰੋਨ ਆਇਆ ਜਿਸ ਦੇ ਵਿੱਚੋਂ ਪੁਲਸ ਨੂੰ ਕਰੋਨਾ ਦੇ ਕੀਮਤ ਦਾ ਜਿਹੜਾ ਨਸ਼ਾ ਬਰਾਮਦ ਹੋਇਆ ਹਥਿਆਰ ਸਮਗਰੀ ਵੀ ਹੁੰਦੇ ਰਹਿੰਦੇ ਨੇ ਇਹਨਾਂ ਡਰੋਨਾਂ ਰਾਹੀਂ ਤੇ ਹੁਣ ਜਿਹੜੇ ਇਸ ਡਰੋਨ ਤੋਂ ਬਾਅਦ ਹਰਕਤ ਹੋਈ ਹੈ ਉਸ ਤੋਂ ਬਾਅਦ ਬੀਐਸਐਫ ਦਾ ਦਾਅਵਾ ਹੈ ਕਿ پاکستان ਆਪਣੀਆਂ ਕੂਝੀਆਂ ਹਰਕਤਾਂ ਤੋਂ ਵਾਜ ਨਹੀਂ ਆ ਰਿਹਾ ਜਿਸ ਦਾ ਮਕਸਦ ਸਿਰਫ ਪੰਜਾਬ ਦੀ ਸ਼ਾਂਤੀ ਨੂੰ ਵਿਗਾੜਨਾ ਹੈ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨਾ ਹੈ ਤੇ ਇੱਕ ਵੱਡੀ ਸਾਜ਼ਿਸ਼ ਵੀ ਮੰਨੀ ਜਾ ਰਹੀ ਹੈ ਸਾਜ਼ਿਸ਼ ਕੀ ਹੈ ਫਲ ਹਾਲ ਵੱਡਾ ਸਵਾਲ ਜ਼ਰੂਰ ਹੈ ਪਰੰਤੂ ਡਰੋਨ ਦੇ ਰਾਹੀਂ ਜਿਹੜੇ ਹਥਿਆਰ ਆਉਂਦੇ ਨੇ ਸਮਗਲਿੰਗ ਨਸ਼ਾ ਕੀਤਾ ਜਾ ਰਿਹਾ ਹੈ ਉਹ ਵੀ ਵੱਡੀ ਚਿੰਤਾ ਦਾ ਕੇਰ ਹੈ ਪਰੰਤੂ ਸਭ ਤੋਂ ਵੱਡੀ ਚੁਣੌਤੀ ਪੁਲਿਸ ਅਤੇ ਬੀਐਸਐਫ ਲਈ ਹੋ ਜਾਂਦੀ ਹੈ ਕਿ ਨਸ਼ਾ ਸਮਗਰੀ ਫੜੀ ਜਾਂਦੀ ਹੈ ਹਥਿਆਰ ਫੜੇ ਜਾਂਦੇ ਨੇ ਪਰੰਤੂ ਸਾਜ਼ਿਸ਼ ਕਰਤਾ ਬਚ ਜਾਂਦੇ ਨੇ ਆਖਰ ਪਿੱਛੇ ਕੌਣ ਹੈ ਜਿਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏਗੀ ਕਈ ਗੈਂਗਸਟਰਾਂ ਦਾ ਨਾਮ ਵੀ ਆਉਂਦਾ ਰਿਹਾ ਪਰੰਤੂ ਹੁਣ ਜਿਹੜੇ ਡਰੋਨ ਆ ਰਹੇ ਨੇ ਡਰੋਨ ਰਾਹੀਂ ਜੋ ਬੀਐਸਐਫ ਨੇ ਫਰੋਜ਼ਪੁਰ ਬਾਰਡਰ ਤੋਂ ਤਵਾ ਕੀਤਾ ਪੁਜਾਇਆ ਉਸ ਵਿੱਚ ਕੀ ਰਿਲੇਸ਼ਨਸ਼ਿਪ ਹੈ ਫਿਲਹਾਲ ਸਵਾਲ ਵੱਡਾ ਹੈ ਪਰੰਤੂ ਇਹਨਾ ਜ਼ਰੂਰ ਹੈ ਕਿ ਉਸ ਪਿੱਛੇ ਜਿਹੜਾ ਮਕਸਦ ਸੀ ਮਕਸਦ ਜਸੂਸੀ ਦਾ ਨਸ਼ੇ ਦਾ ਜਾਂ ਫਿਰ ਹਥਿਆਰ ਤਸਕਰੀ ਦਾ ਇਹਨਾਂ ਤਿੰਨਾ ਹਾਲਾਤਾਂ ਵਿੱਚ ਵੀ ਕਹੋ ਕਿ ਇੱਕ ਬਹੁਤ ਵੱਡੀ ਕੌਮੀ ਏਜੰਸੀਆਂ ਦੇ ਸਾਹਮਣੇ ਸਵਾਲ ਆ ਜਾਂਦਾ ਆਖਰ ਕੀ ਹੋਣ ਵਾਲਾ ਸੀ ਇਸ ਡੋਨ ਦਾ ਸੁਣ ਚ ਇਹ ਵੀ ਹੈ ਕਿ ਉਹ ਤਵਾਹੀ ਦੀ ਨਿਸ਼ਾਨੀ ਸੰਕੇਤ ਦਿੱਤੇ ਜਾ ਰਹੇ ਨੇ ਕਿ ਕੋਈ ਵੱਡੀ ਪੰਜਾਬ ਵਿੱਚ ਹਲਚਲ ਹੋ ਰਹੀ ਹੈ ਤੇ ਪੰਜਾਬ ਵਿੱਚ ਕੀ ਹਲਚਲ ਹੋਵੇਗੀ ਕੀ ਨੁਕਸਾਨ ਹੋ ਸਕਦਾ ਹੈ ਇਹ ਵੱਡਾ ਸਵਾਲ ਹੈ ਇਹ ਸਵਾਲ ਨੂੰ ਮਨ ਨੂੰ ਦਿਓ ਜਾ ਤੁਸੀਂ ਦੇਖਦੇ ਰਹੋ ਚਣ ਨਿਸ਼ਾਨ ਪੰਜਾਬੀ ਮਨ ਪੰਜਾਬ ਦਾ ਧੰਨਵਾਦ